Hi everyone, I'm Geeta from Singapore. Recently, I got done the surgery of gallstone and fibroid and uterus. Actually, kam de duran mainu thodi pain mehsoos hoyi si. ਤਾਂ ਫਿਰ ਮੈਂ ਉੱਥੇ ਡਾਕਟਰਸ ਨਾਲ ਕੰਸਲਟ ਕੀਤਾ ਬਟ ਸਾਰੇ ਡਾਕਟਰਸ ਨੇ ਮੈਨੂੰ ਓਪਨ ਸਰਜਰੀ ਲਈ ਰਿਕਮੈਂਡ ਕੀਤਾ ਫਿਰ ਮੇਰੀ ਉੱਥੇ ਇੱਕ ਇੰਡੀਅਨ ਫਰੈਂਡ ਸੀ ਜਿਹਨੇ ਮੈਨੂੰ ਡਾਕਟਰ ਅਮਿਤ ਸੂਦ ਦੇ ਬਾਰੇ ਦੱਸਿਆ ਬਟ ਮੈਂ ਨਗਲੈਕਟ ਕਰ ਦਿੱਤਾ ਮੈਂ ਕੁਛ ਕੀਤਾ ਨੀਗਾ ਫਿਰ ਆਫਟਰ ਫਿਊ ਡੇਜ਼ ਆਈ ਗੋ ਮਲੇਸ਼ੀਆ ਫੋਰ ਮਾਈ ਬਿਜ਼ਨਸ ਮੀਟ ਫਿਰ ਮੈਂ ਉੱਥੇ ਇੱਕ ਆਪਣੀ ਮਲੇਸ਼ੀਅਨ ਫਰੈਂਡ ਨੂੰ ਮਿਲੀ ਮੈਂ ਬਹੁਤ ਸਰਪ੍ਰਾਈਜ਼ਡ ਹੋਈ ਕਿ ਜਦੋਂ ਉਸਨੇ ਮੈਨੂੰ ਮੈਂ ਆਪਣੀ ਪ੍ਰੋਬਲਮ ਮੇਰੇ ਪ੍ਰੋਬਲਮ ਦੱਸਣ 'ਤੇ ਉਸਨੇ ਮੈਨੂੰ ਡਾਕਟਰ ਅਮਿਤ ਸੂਦ ਦਾ ਨੰਬਰ ਦਿੱਤਾ ਤਾਂ ਮੈਨੂੰ ਲੱਗਿਆ ਵੀ ਇੱਦਾਂ ਕੁਛ ਹੈ ਕੋਈ ਵੀ ਮੈਂ ਕਾਲ ਕਰਦੀ ਹਾਂ ਡਾਕਟਰ ਅਮਿਤ ਸੂਦ ਨੂੰ ਤਾਂ ਮੈਂ ਉਸਨੂੰ ਆਪਣੀ ਪ੍ਰੋਬਲਮ ਸ਼ੇਅਰ ਕੀਤੀ ਤਾਂ ਫਿਰ ਉਸਨੇ ਮੈਨੂੰ ਦੱਸਿਆ ਕਿ ਮੇਰੀ ਮਦਰ ਨੂੰ ਵੀ ਸੇਮ ਪ੍ਰੋਬਲਮ ਸੀਗੀ ਤਾਂ ਮੈਂ ਆਪਣੇ ਨੈੱਟ ਤੋਂ ਸਰਚ ਮਾਰ ਕੇ ਡਾਕਟਰ ਅਮਿਤ ਸੂਦ ਦਾ ਨੰਬਰ ਲਿੱਤਾ ਸੀਗਾ ਤਾਂ ਉਹਨਾਂ ਨਾਲ ਕੰਸਲਟ ਕੀਤਾ ਸੀਗਾ ਤਾਂ ਉਹਨਾਂ ਨੇ ਉਹਨਾਂ ਦੀ ਸਰਜਰੀ ਲੈਪਰੋ 'ਚ ਹੀ ਕੀਤੀ ਸੀਗੀ ਤਾਂ ਫਿਰ ਮੈਂ ਵੀ ਡਾਕਟਰ ਅਮਿਤ ਸੂਦ ਨਾਲ ਕੰਸਲਟ ਕੀਤਾ ਇਹਨਾਂ ਨੇ ਮੇਰੀਆਂ ਰਿਪੋਰਟਸ ਮੰਗਵਾਈਆਂ ਮੈਂ ਬਾਏ ਵਟਸਐਪ ਮੈਂ ਇਹਨਾਂ ਨੂੰ ਆਪਣੀਆਂ ਰਿਪੋਰਟਸ ਸੈਂਡ ਕੀਤੀਆਂ ਤਾਂ ਇਹਨਾਂ ਨੇ ਦੇਖ ਕੇ ਫਿਰ ਮੈਨੂੰ ਦੱਸਿਆ ਕਿ ਕੋਈ ਗੱਲ ਨਹੀਂ ਤੁਹਾਡੀ ਓਪਨ ਵਾਲੀ ਸਰਜਰੀ ਨਹੀਂ ਲੈਪਰੋ ਵਿੱਚ ਹੋ ਜਾਏਗੀ ਦੋਨੋਂ ਸਰਜਰੀ 'ਚ ਇੱਕੋ ਟਾਈਮ ਹੋ ਜਾਣਗੀਆਂ ਤਾਂ ਫਿਰ ਮੈਂ ਸਪੈਸ਼ਲੀ ਉੱਥੋਂ ਵਿਜ਼ਿਟ ਕੀਤਾ ਪੰਜਾਬ ਆ ਕੇ ਤਾਂ ਮੈਂ ਡਾਕਟਰ ਅਮਿਤ ਸੂਦ ਨੂੰ ਮਿਲੀ ਤਾਂ ਮੈਨੂੰ ਮਿਲ ਕੇ ਮੇਰੇ 'ਚ ਹੋਰ ਵੀ ਕੋਨਫੀਡੈਂਸ ਆ ਗਿਆ ਬਹੁਤ ਵਧੀਆ ਲੱਗਾ ਮੈਨੂੰ ਡਾਕਟਰ ਅਮਿਤ ਸੂਦ ਨਾਲ ਮਿਲ ਕੇ ਤਾਂ ਫਿਰ ਉਸ ਤੋਂ ਸੈਕਿੰਡ ਡੇ ਮੈਂ ਐਡਮਿਟ ਹੋ ਗਈ ਤਾਂ ਮੇਰੀ ਉਸ ਤੋਂ ਨੈਕਸਟ ਡੇ ਮੇਰਾ ਸਰਜਰੀ ਹੋਈ ਮੋਰਨਿੰਗ ਵਿੱਚ ਤਾਂ ਮੋਰਨਿੰਗ ਵਿੱਚ ਮੇਰੀ ਸਰਜਰੀ ਹੋਈ ਤਾਂ ਸ਼ਾਮ ਨੂੰ ਮੈਂ ਚੱਲ ਫਿਰ ਸਕਦੀ ਸੀਗੀ ਆਰਾਮ ਨਾਲ ਮੈਨੂੰ ਕੋਈ ਪ੍ਰੋਬਲਮ ਵੀ ਨਹੀਂ ਹੋਈ ਮੈਨੂੰ ਇਹ ਵੀ ਨਹੀਂ ਪਤਾ ਚੱਲਿਆ ਕਿ ਕਦੋਂ ਮੇਰੀ ਸਰਜਰੀ ਹੋਈ ਤਾਂ ਕਦੋਂ ਮੈਨੂੰ ਬਾਹਰ ਲੈ ਕੇ ਆਈ ਮੈਨੂੰ ਕੁਛ ਵੀ ਨਹੀਂ ਪਤਾ ਚੱਲਿਆ ਆਫਟਰ ਜਦੋਂ ਮੈਂ ਉੱਠ ਕੇ ਚੱਲ ਫਿਰ ਰਹੀ ਸੀ ਮੈਨੂੰ ਉਦੋਂ ਵੀ ਕੋਈ ਪੇਨ ਨਹੀਂ ਮਹਿਸੂਸ ਹੋਈ ਤਾਂ ਮੈਂ ਬਹੁਤ ਆਰਾਮ ਨਾਲ ਦੋ ਤਿੰਨਾਂ ਦਿਨਾਂ ਵਿੱਚ ਮੈਂ ਆਪਣੇ ਆਪ ਨੂੰ ਰਿਕਵਰ ਕਰ ਲਿਆ ਸੈਕਿੰਡਲੀ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦੀ ਹਾਂ ਤੁਹਾਨੂੰ ਕਿ ਜਦੋਂ ਮੈਂ ਉੱਥੇ ਮੈਨੂੰ ਮੇਰੀ ਮਲੇਸ਼ੀਅਨ ਫਰੈਂਡ ਨੇ ਦੱਸਿਆ ਸੀ ਕਿ ਉੱਥੋਂ ਦਾ ਸਟਾਫ ਵੀ ਬਹੁਤ ਵਧੀਆ ਕੇਅਰਿੰਗ ਹੈ ਬਹੁਤ ਨਾਈਸਲੀ ਸਾਰਿਆਂ ਨਾਲ ਬੋਲਦੇ ਆ ਨਾਈਸਲੀ ਸਾਰਿਆਂ ਨਾਲ ਸਾਰਾ ਟ੍ਰੀਟਮੈਂਟ ਵੀ ਬਹੁਤ ਅੱਛਾ ਤਾਂ ਜਦੋਂ ਮੈਂ ਆ ਕੇ ਮਿਲੀ ਤਾਂ ਵਾਕਿਆ ਬਹੁਤ ਅੱਛਾ ਸਟਾਫ ਵੀ ਬਹੁਤ ਕੇਅਰਿੰਗ ਹੈ ਸਾਰੇ ਸਟਾਫ ਨਰਸਿਸ ਦੂਸਰਾ ਸਟਾਫ ਸਾਰੇ ਬਹੁਤ ਕੇਅਰਿੰਗ ਹੈ ਜਦੋਂ ਮੈਂ ਸਰਜਰੀ ਤੋਂ ਬਾਅਦ ਗਈ ਘਰ ਗਈ ਤਾਂ ਇਹਨਾਂ ਨੇ ਫੋਲੋਅਪ ਲਈ ਆਪਣੇ ਆਪ ਕਾਲਸ ਆਉਂਦੀਆਂ ਤੁਸੀਂ ਕਿੱਦਾਂ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਕੋਈ ਮਹਿਸੂਸ ਤਾਂ ਨਹੀਂ ਹੋ ਰਿਹਾ ਜਿੱਦਾਂ ਵੀ ਸਾਰੀ ਜੋ ਵੀ ਸਾਰਾ ਇਹ ਆਪਣੇ ਆਪ ਕਾਲ ਕਰਕੇ ਪੁੱਛਦੇ ਆ ਜੇ ਕੋਈ ਪ੍ਰੋਬਲਮ ਹੈ ਤਾਂ ਫੋਨ 'ਤੇ ਵੀ ਕੰਸਲਟ ਕਰਦੇ ਆ ਤਾਂ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਅੱਛੇ ਨੇ ਡਾਕਟਰ ਇਨ ਲਾਸਟ ਆਈ ਵਾਂਟ ਟੂ ਗਿਵ ਦਾ ਮੈਸੇਜ ਟੂ ਆਲ ਕਿ ਓਪਨ ਸਰਜਰੀ ਦੀ ਬਜਾਏ ਤੁਸੀਂ ਲੈਪਰੋਸਕੋਪੀ ਸਰਜਰੀ ਕਰਵਾਓ ਤਾਂ ਬਹੁਤ ਵਧੀਆ ਬਿਕੋਜ਼ ਇਹਦੇ ਨਾਲ ਕਿਸੇ ਨੂੰ ਇੱਕ ਤਾਂ ਸਰਜਰੀ ਕਰਵਾਉਣ ਵਿੱਚ ਨਹੀਂ ਕੋਈ ਤਕਲੀਫ ਹੁੰਦੀ ਇੱਕ ਸਪਾਈਨਲ ਇੰਜੈਕਸ਼ਨ ਨਹੀਂ ਲੱਗਦਾ ਦੂਸਰਾ ਰਿਕਵਰੀ ਦੋ ਤਿੰਨ ਦਿਨ 'ਚ ਹੋ ਜਾਂਦੀ ਹੈ ਅਤੇ ਤੁਸੀਂ ਆਪਣੀ ਜੋਬ 'ਤੇ ਵੀ ਰੀਜੁਆਇਨ ਕਰ ਸਕਦੇ ਹੋ ਵਨ ਵੀਕ ਖਾ ਪੀ ਸਕਦੇ ਹੋ ਜੋ ਮਰਜ਼ੀ ਖਾ ਪੀ ਸਕਦੇ ਹੋ ਤੁਰ ਫਿਰ ਸਕਦੇ ਹੋ ਆ ਜਾ ਸਕਦੇ ਹੋ ਵੀ ਮਹਿਸੂਸ ਹੀ ਨਹੀਂ ਹੁੰਦਾ ਵੀ ਤੁਸੀਂ ਸਰਜਰੀ ਕਰਵਾਈ ਹੈ ਜਾਂ ਨਹੀਂ ਓਪਨ ਸਰਜਰੀ 'ਚ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਬਟ ਇਹਦੇ ਵਿੱਚ ਕੋਈ ਵੀ ਸਰਜਰੀ ਆਉਂਦੀ ਸਪੈਸ਼ਲੀ ਆਈ ਰਿਕਮੈਂਡ ਟੂ ਦਾ ਡਾਕਟਰ ਅਮਿਤ ਸੂਦ ਬਿਕੋਜ਼ ਏਅਰ ਟ੍ਰੀਟਮੈਂਟ ਇਜ਼ ਵੈਰੀ 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 ਨਾਈਸ ਐਂਡ ਆਲ ਸਟਾਫ ਇਜ਼ ਵੈਰੀ ਨਾਈਸ ਥੈਂਕ ਯੂ